ਬੱਝੁ ਚੁਕਾ ਹੈ ਬਿਗੋ ਸਖਸੇ ਬੜੇ ਘਮਸਾਨ ਕਾ ਸਤਿ ਸ਼੍ਰੀ ਅਕਾਲ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੁਪੇਸ਼ ਬਾਂਸਲ ਅੱਜ ਅਸੀਂ ਪਹੁੰਚੇ ਹਾਂ ਫਾਜ਼ਿਲਕਾ ਦੇ ਪਿੰਡ ਬੈਕਕਾਰ ਦੇ ਵਿੱਚ ਤੇ ਗੱਲ ਕਰਾਂਗੇ ਚੋਣ ਅਖਾੜੇ 2022 ਦੀ ਤੇ ਇੱਥੇ ਲੋਕਾਂ ਤੋਂ ਪੁੱਛਾਂਗੇ ਕਿ ਕਿਸ ਤਰ੍ਹਾਂ ਦਾ ਵਿਕਾਸ ਪਿੰਡਾਂ ਦੇ ਵਿੱਚ ਹੋਇਆ ਹੈ ਸਰਕਾਰਾਂ ਬਦਲੀਆਂ ਪੱਗਾਂ ਦੇ ਰੰਗ ਬਦਲੇ ਲੀਡਰ ਬਦਲੇ ਲੇਕਿਨ ਪਿੰਡਾਂ ਦੀ ਨੁਹਾਰ ਜਿਹੜੀ ਹੈ ਬਦਲੀ ਹੈ ਕਿ ਨਹੀਂ ਉਹ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਮੌਜੂਦ ਨੇ ਪਿੰਡ ਦੇ ਕੁਝ ਲੋਕ ਹਾਂ ਜੀ ਕੀ ਨਾਂ ਤੁਹਾਡਾ ਸਰ ਮੇਰਾ ਨਾਂ ਕ੍ਰਿਸ਼ਨ ਸਿੰਘ ਜੀ ਕ੍ਰਿਸ਼ਨ ਕਿਸ ਤਰ੍ਹਾਂ ਦਾ ਇੱਥੇ ਵਿਕਾਸ ਹੋਇਆ ਪਿਛਲੇ 5 ਸਾਲ ਦੇ ਵਿੱਚ ਸਰਕਾਰ ਰਹੀ ਉਸ ਤੋਂ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਤਾਂ ਪਿੰਡ ਦੀਆਂ ਸਮੱਸਿਆਵਾਂ ਕਿੰਨੀਆਂ ਖੱਲ ਹੋਈਆਂ ਸਰ ਆਲ ਓਵਰ ਆਪਾਂ ਵੇਖਾ ਜਾਵੇ ਜੋ ਪੰਜਾਬ ਦਾ ਜਾਂ ਆਪਣਾ ਪਿੰਡ ਦਾ ਲਾ ਲਈ ਤੇ ਆ ਇੱਥੇ ਪੰਜਾਬ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਜੀ ਜੋ ਕੰਮ ਪਿੰਡ ਦੇ ਧੋਏ ਨੇ ਉਹ ਆਪਣੇ ਓਮ ਸਿੰਘ ਸਰਪੰਚ ਨੇ ਕੀਤੇ ਨੇ ਉਹ ਨਰੇਗਾ ਦੇ ਆਧਾਰ ਤੇ ਜਾ ਜਿਵੇਂ ਪੱਠੇ ਵਾਲੇ ਦੇ ਪੈਸੇ ਦੇ ਦੇਣੇ ਆ ਜਾਂ ਖੜੇ ਆ ਜੋ ਉਹ ਉਹ ਪਿੰਡ ਦੀ ਪੰਚਾਇਤ ਦੇ ਸਾਹਮਣੇ ਇੱਕ ਕੰਮ ਹੋਇਆ ਜੀ ਸਰਕਾਰ ਦੇ ਵਿੱਚ ਕੋਈ ਸੰਯੋਗ ਨਹੀਂ ਤੇ ਸਰਕਾਰ ਜੇ ਸਰਕਾਰ ਦੇਂਦੀ ਯੋਗਦਾਨ ਤਾਂ ਦੇਖੋ ਸਾਰੇ ਪਿੰਡ ਦਾ ਹੋਣਾ ਸੀ ਤੇ ਸਾਰੇ ਪਿੰਡ ਦੇ ਨਾਲ ਹੀ ਚੱਲਣਾ ਸੀ ਕਿਉਂਕਿ ਇਥੋਂ ਦੇ ਜਿਹੜਾ ਓਮ ਸਿੰਘ ਸਰਪੰਚ ਹੈ ਚਲੋ ਆਪਣੇ ਸਰਕਾਰ ਦੇ ਨਾਲ ਅਟੈਚਮੈਂਟ ਨਹੀਂ ਸੀ ਮਾਣੇ ਨੇ ਪਰ ਜੇ ਉਹਨਾਂ ਗ੍ਰਾਂਟ ਦੇਣੀ ਸੀ ਤਾਂ ਪਿੰਡ ਵਾਸੀਆਂ ਨੂੰ ਦੇਣੀ ਸੀ ਜੇ ਪਿੰਡ ਦੇ ਲੋਕਾਂ ਦੇ ਪਿੰਡ ਦੇ ਡਿਵੈਲਪਮੈਂਟ ਵਾਸਤੇ ਗ੍ਰਾਂਟ ਦਿੰਦੇ ਤਾਂ ਬਿਹਤਰ ਸੀ ਜੀ ਕੋਈ ਕਿਸੇ ਤਰ੍ਹਾਂ ਦੀ ਵੀ ਗ੍ਰਾਂਟ ਪਿੰਡ ਨੂੰ ਉਹਨੇ ਮੋਈਆ ਨਹੀਂ ਕਰਵਾਈ ਜੀ ਕਿੰਨੇ ਮੋਈਆ ਨਹੀਂ ਕਰਵਾਈ ਸਰਦਾਰ ਦਿਵਿੰਦਰ ਸਿੰਘ ਕਬਾਇ ਜੀ ਕਿਉਂ ਨਹੀਂ ਮੋਈਆ ਕਰਵਾਈ ਕਿਉਂਕਿ ਪਿੰਡ ਦੇ ਸਰਪੰਚ ਵੱਲੋਂ ਵੀ ਜਿਹੜਾ ਪੈਸਾ ਲੈਂਦਾ ਗਿਆ ਉਹ ਸਰਕਾਰ ਦਾ ਹੀ ਪੈਸਾ ਸੀ ਸਰ ਉਹ ਤਾਂ ਤੁਹਾਡੀ ਠੀਕ ਹੈ ਗੱਲ ਜਿਹੜਾ ਨਰੇਗਾ ਦੇ ਕੋਟੇ ਚੋਂ ਦਾ ਤੁਹਾਨੂੰ ਵੀ ਪਤਾ ਹੈ ਵੀ ਉਹ ਆਪਣੇ ਜੋ ਸੈਂਟਰ ਵੱਲੋਂ ਦਾ ਸਰ ਪੀ ਸੈਂਟਰ ਦੇ ਅਧੀਨ ਇਹ ਹੁੰਦਾ ਹੈ ਕਿ ਪੰਜਾਬ ਸਰਕਾਰ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਦਾ ਤੇ ਉਸ ਦੇ ਵਿਕਾਸ ਤੇ ਜੋ ਬਾਤਰੀ ਹੈ ਆਪਣੇ ਪੰਚਾਇਤ ਦੀ ਪਿੰਡ ਦੀ ਜੋ ਇਹਨਾਂ ਨੇ ਇੰਨਾ ਸਰਪੰਚ ਸਰ ਜੋ ਹੋਗਾ ਸੀ ਹੋਗਾ ਸੀ ਬੀਜੇਪੀ ਦੇ ਸਰ ਜਿਹੜੀਆਂ ਪਿੰਡ ਦੀਆਂ ਸਮੱਸਿਆਵਾਂ ਨੇ ਕੋਈ ਸਮੱਸਿਆਵਾਂ ਰਹਿ ਗਈਆਂ ਤੇ ਉਮੀਦਵਾਰ ਜਿਹੜੇ ਵੋਟਾਂ ਮੰਗਣ ਦੇ ਲਈ ਤੁਹਾਡੇ ਕੋਲ ਆਣਗੇ ਉਹਨਾਂ ਨੂੰ ਤੋ ਕੀ ਮੰਗ ਕਰੋਗੇ ਵੀ ਕੀ ਸਾਡੇ ਕੰਮ ਕਰਾਏ ਜਾਣ ਸਰ ਅਸੀਂ ਉਹਨਾਂ ਤੋਂ ਇੱਕ ਮੰਗ ਕਰਾਂਗੇ ਜੋ ਵੀ ਨੇਤਾ ਇੱਥੇ ਆਉਣਗੇ ਸਾਡੇ ਕੋ ਵੋਟਾਂ ਲੈਣ ਆਉਣਗੇ ਅਸੀਂ ਇਹ ਕਹਾਂਗੇ ਜੋ ਸਕੂਲ ਦਾ ਅਪਗ੍ਰੇਡ ਕਰਾਇਆ ਜਾਵੇ ਸਕੂਲ ਦੇ ਵਿੱਚ ਵਧੀਆ ਸਕੂਲ ਦਾ ਸੁਧਾਰ ਕੀਤਾ ਜਾਵੇ ਸਕੂਲ ਬਿਹਤਰ ਹੋਣ ਵਧੀਆ ਸਕੂਲਾਂ ਦੇ ਵਿੱਚ ਸਿੱਖਿਆ ਮਜ਼ਬੂਤ ਕਰਵਾਈ ਜਾਵੇ ਟੀਚਰਾਂ ਤੇ ਪੂਰੀ ਖਿੱਚਾ ਤਾਣੀ ਕੀਤੀ ਜਾਵੇ ਹਾਲਾਂਕਿ ਟੀਚਰ ਬਹੁਤ ਵਧੀਆ ਕਰ ਰਹੇ ਨੇ ਫਿਰ ਵੀ ਉਹਦੇ ਵਿੱਚ ਅਸੀਂ ਰੋਲ ਇਹ ਦੇਵਾਂਗੇ ਸਕੂਲ ਦੇ ਵਿੱਚ ਵੀ ਵਧੀਆ ਕੰਮ ਹੋਣਾ ਚਾਹੀਦਾ ਔਰ ਪਿੰਡ ਦੇ ਵਿੱਚ ਵੀ ਇਹੋ ਜਿਹਾ ਕੰਮ ਹੋਵੇ ਜ ਜਿਹਨੂੰ ਦੁਨੀਆ ਯਾਦ ਰੱਖੇ ਔਰ ਸਰਕਾਰ ਦੇ ਨਾਲ ਵੀ ਉਹ ਜੁੜਿਆ ਰਹਿਵੇ ਜੀ ਜੀ ਤਾਂ ਸਿੱਖਿਆ ਨੀਤੀ ਨੂੰ ਸੁਧਾਰਨ ਦੀ ਮੰਗ ਕੀਤੀ ਜਾ ਰਹੀ ਹੈ ਸਕੂਲਾਂ ਦਾ ਸੁਧਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਹੋਰ ਵੀ ਗੱਲ ਕਰਾਂਗੇ ਹਾਂ ਜੀ ਕੀ ਨਾ ਤੁਹਾਡਾ ਰਾਜ ਸਿੰਘ ਜੀ ਰਾਜ ਸਿੰਘ ਕੀ ਕਹੋਗੇ ਕਿਸ ਤਰ੍ਹਾਂ ਦੀ ਸਮੱਸਿਆ ਰਹਿ ਗਈ ਹੈ ਪਿੰਡ ਦੇ ਵਿੱਚ ਜਿਵੇਂ ਕਿ ਆ ਜਾ ਰਿਹਾ ਹੈ ਵੀ ਓਮ ਸਿੰਘ ਸਰਪੰਚ ਵੱਲੋਂ ਬਹੁਤ ਕੰਮ ਕੀਤੇ ਗਏ ਤਾਂ ਹੁਣ ਕਿਹੜੇ ਇਹਦੇ ਕੰਮ ਨੇ ਜਿਹੜੇ ਬਕਾਇਆ ਬਕਾਇਆ ਤਾਂ ਦੇਖੋ ਜਿਵੇਂ ਅਕ੍ਰਿਸ਼ਨ ਸਿੰਘ ਨੇ ਆਪਣੇ ਕਿਹਾ ਸਕੂਲ ਦੀ ਡਿਵੈਲਪਮੈਂਟ ਅਜੇ ਹੋਣੀ ਬਾਕੀ ਹੈ ਅਪਗ੍ਰੇਡ ਸਾਡਾ ਸਕੂਲ ਨਹੀਂ ਹੋਇਆ ਕਿੰਵੀਂ ਤੱਕ ਸਕੂਲ ਹੈ ਤੁਹਾਡਾ ਸਾਡਾ ਇੱਥੋਂ 5ਵੀਂ ਤੱਕ ਹੈ 10ਵੀਂ ਤੱਕ ਸਾਡਾ ਅੱਗੇ ਸਕੂਲ ਹਾਈ ਸਕੂਲ ਆ ਸਾਨੂੰ ਕੋਈ ਨਾ ਕੋਈ ਡਿਸਪੈਂਸਰੀ ਵਗੈਰਾ ਵਧੀਆ ਦਿੱਤੀ ਜਾਵੇ ਤੁਸੀਂ ਡਿਸਪੈਂਸਰੀ ਦਾ ਹਾਲ ਵੇਖ ਲਓ ਕਿਦਾਂ ਆਇਆ ਪਿਆ ਤੇ ਕੋਈ ਨਾ ਕੋਈ ਆਪਣੇ ਜ਼ਿਲ੍ਹੇ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣ ਫਾਿਲ ਕਾੜੀਏ ਨੂੰ ਕੋਈ ਨਾ ਕੋਈ ਇੱਥੇ ਵਧੀਆ ਇੰਡਸਟਰੀ ਲਿਆਂਦੀ ਜਾਵੇ ਜੋ ਕਿ ਅਸੀਂ ਬੀਏ ਜਾਂ ਬੀਐਡ ਦੀ ਐਡਮਿਸ਼ਨ ਕਰਾਉਣੀ ਹੁੰਦੀ ਸਾਨੂੰ ਬਠਿੰਡੇ ਜਾਣਾ ਪੈਂਦਾ ਅਬੋਹਰ ਜਾਣਾ ਪੈਂਦਾ ਇਸ ਲਈ ਸਾਨੂੰ ਫਾਿਲ ਕਾੜੀਏ 'ਚ ਕੁਝ ਸਹੂਲਤਾਂ ਦਿੱਤੀਆਂ ਜਾਣ ਜੋ ਪੰਚਾਇਤੀ ਤੌਰ ਤੇ ਕੰਮ ਹੋਇਆ ਨਾ ਉਹ ਜਿੱਦਾਂ ਸਾਡੀ ਪੰਚਾਇਤੀ ਜ਼ਮੀਨ ਹੈਗੀ ਆ ਉਹਦਾ ਫੰਡ 16-17 ਲੱਖ ਸਾਲ ਦਾ ਬਣਦਾ ਆ ਉਸ ਤਰੀਕੇ ਦੇ ਪੰਚਾਇਤ ਨੇ ਉਹ ਸਾਮ ਨਾਲ ਕੰਮ ਕੀਤੇ ਆ ਸੜਕਾਂ ਦੇ ਪਿਛਲੀਆਂ ਸਰਕਾਰਾਂ ਨੇ ਸਾਨੂੰ ਨੌਜਵਾਨਾਂ ਨੂੰ ਲਾੜਾ ਹੀ ਲਾਇਆ ਹੋਰ ਕੋਈ ਕੰਮ ਨਹੀਂ ਦਿੱਤਾ ਹੁਣ ਜਦੋਂ ਲੀਡਰ ਆਣਗੇ ਤੁਹਾਡੇ ਕੋਲ ਇਲੈਕਸ਼ਨ ਦਾ ਟਾਈਮ ਆ ਗਿਆ ਲੀਡਰ ਆਣਗੇ ਕੀ ਉਹਨਾਂ ਕੋਲ ਡਿਮਾਂਡ ਕਰੋਗੇ ਬਿਲਕੁਲ ਅਸੀਂ ਸਵਾਲ ਜਵਾਬ ਕਰਾਂਦੇ ਚਾਹ ਅਕਾਲੀ ਦਾ ਲਾਵੇ ਚਾਹ ਕਾਂਗਰਸ ਆਵੇ ਪਰ ਅਸੀਂ ਇਹ ਇੱਤਕੀ ਬਦਲਾ ਚਾਹੁੰਦੇ ਨੇ ਲੋਕ ਸਾਰੇ ਚਾਹੁੰਦੇ ਨੇ ਬਦਲਾ ਅਸੀਂ ਕਰਕੇ ਛੱਡਾਂਗੇ ਜੀ ਤਾਂ ਬਦਲਾਵ ਦੀ ਇਹਨਾਂ ਵੱਲੋਂ ਗੱਲ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਕਿ ਚਾਹੇ ਉਹ ਕੱਲ ਹੀ ਆਏ ਚਾਹੇ ਕਾਂਗਰਸੀ ਆਏ ਚਾਹੇ ਕੋਈ ਵੀ ਲੀਡਰ ਪਿੰਡ ਦੇ ਵਿੱਚ ਆਏ ਤਾਂ ਉਹਨਾਂ ਕੋਲੋਂ ਜਿਹੜਾ ਉਹ ਪੁੱਛਿਆ ਜਾਏਗਾ ਤਾਂ ਹੋਰ ਵੀ ਇੱਥੇ ਬਹੁਤ ਸਾਰੇ ਲੋਕ ਮੌਜੂਦ ਨੇ ਤੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸਾਹਿਬ ਸਾਡੀ ਬੇਨਤੀ ਹੈ ਕਿ ਨਾਂ ਪਹਿਲਾਂ ਦੱਸੋ ਜੀਵਨ ਸਿੰਘ ਅੱਛਾ ਹਾਂਜੀ ਕਿ ਕ੍ਰਿਸ਼ਨ ਨੇ ਅੱਗੇ ਆ ਬੋਲਿਆ ਵੀ ਸਾਡੇ ਬੱਚਾ ਨੂੰ ਬੜਾ ਮੁਸ਼ਕਲ ਹੈ ਵੀ 12ਵੀਂ ਦਾ ਸਕੂਲ ਬਣਿਆ ਨਹੀਂ ਸਾਡੇ ਪਿੰਡ 'ਕ ਬੇ ਖਾਸ ਜੀ ਸਾਡੇ ਬੱਚਾ ਨੂੰ ਜਾਣਾ ਪੈਂਦਾ ਫਾਇਲ ਕਿਆ ਨਾ ਟੂ ਟੈਕਸ ਤੇ ਚੜਾਉਂਦੇ ਆ ਬੱਚਾ ਨੂੰ ਨਾ ਸਾਡਾ ਅੱਡਾ ਬੈ ਖਾਸ ਕਿੰਨੀ ਅਸਰ ਕਰਾ ਆਈਆਂ ਅਸੀਂ ਬੜੀਆਂ ਬੇਨਤੀਆਂ ਕੀਤੀ ਸਾਡੀ ਕਿਸੇ ਨੇ ਫਿਰ ਗਰਾਂਟ ਵੀ ਦਿੰਦੇ ਆ ਤਾਂ ਬੜੀ ਮਜਬੂਰੀ ਨਾਲ ਦਿੰਦੀ ਸਰਕਾਰ ਤੇ ਅਸੀਂ ਗਰੀਬਾਂ ਬਾਰੇ ਕੋਈ ਨਹੀਂ ਸੋਚਦਾ ਕੋਈ ਪਿਰਸਨਾ ਬਾਰੇ ਆਉਣ ਕੈਪਟਨ ਕੋਈ ਪਿਰਸਨਾ ਬਤਾਈ 250 ਕੋਈ ਵਡੇਰਿਆਂ ਬਣੇ ਕੋਈ ਗਰੀਬ ਮਣੇ ਨਹੀਂ ਸੋਚਦਾ ਆਪਣੀ ਸਰਕਾਰਾ ਮਤਵ ਨਾਲ ਲੈ ਕੇ ਮਸਲ ਚਲੀ ਜਾਏ ਹੁਣ ਕੀ ਫਿਰ ਮੰਗ ਕਰੋਗੇ ਉਮੀਦ ਅਸੀਂ ਮੰਗ ਕਰਾਂਗੇ ਬਸ ਅੱਡਾ ਸਾਡਾ ਬਣਨਾ ਚਾਹੀਦਾ ਸਾਡੇ ਬੱਚੇ ਬੜੇ ਮੁਸ਼ਕਲ ਚੜਦੇ ਨੇ ਕੋਈ ਸਵਾਰੀ ਜਾਣੀ ਹੋਏ ਤਾਂ ਬੜੀ ਮੁਸ਼ਕਲ ਲਾਡੂ ਕਾ ਜਾਣਾ ਪੈਂਦਾ ਤੇ ਇਹ ਸਾਨੂੰ ਬੱਚਿਆਂ ਦਾ ਇੱਕੇ ਸਕੂਲ ਬਣਨਾ ਚਾਹੀਦਾ ਅੱਡਾ ਵੀ ਸਾਡਾ ਜ਼ਰੂਰ ਬਣਨਾ ਚਾਹੀਦਾ ਬੱਚੇ ਬੜੇ ਸਾਰਾ ਹਰ ਦਿਨ ਆ ਕੇ ਵਾਪਸ ਆ ਜਾਂਦੇ ਸਕੂਲ ਨਹੀਂ ਚਾਹ ਜੀ ਹਾਂਜੀ ਤੁਹਾਡਾ ਕੀ ਨਾਮ ਹੈ ਹਾਂਜੀ ਹਾਂਜੀ ਤੁਹਾਡਾ ਕੀ ਕਰਨਲ ਸਿੰਘ ਜੀ ਕਰਨਲ ਸਿੰਘ ਕੀ ਕਹੋਗੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਪਿੰਡ ਦੇ ਵਿੱਚ ਕੀ ਕੀ ਕੰਮ ਹੋਏ ਨੇ ਔਰ ਕੀ ਕੰਮ ਸਰ ਸਾਡੇ ਪਿੰਡ ਦੇ ਵਿੱਚ ਵਿਕਾਸ ਵਾਸਤੇ ਜੋ ਸਰਕਾਰ ਵੱਲੋਂ ਗ੍ਰਾਂਟ ਆਈ ਏ ਉਹ ਸਾਨੂੰ ਨਹੀਂ ਮਿਲੀ ਚਾਹਤੀ ਜੋ ਵੀ ਕੰਮ ਕਰਵਾਇਆ ਪਿੰਡ ਦਾ ਪੰਚਾਇਤੀ ਤੌਰ ਤੇ ਕਰਵਾਇਆ ਹੈ ਸਾਡੇ ਪਿੰਡ ਦੀ ਜੋ ਇੱਕ ਵਾਟਰ ਸਪਲਾਈ ਹੈਗੀ ਹੈ ਵਾਟਰ ਬਾਕਸ ਵਾਲੀ ਉਹਦੀ পাইਪ ਪਾਉਣ ਵਾਲੀ ਹੈ ਉਹ ਵੀ ਨਹੀਂ ਪਾਈ ਜਾ ਰਹੀ ਅਸੀਂ ਕਈ ਵਾਰੀ ਮੰਗ ਕੀਤੀ ਲੇਕਿਨ ਸਾਡੀ ਕਿਸੇ ਨੇ ਨਹੀਂ ਸੁਣੀ ਇੱਕ ਸਕੂਲ ਦਾ ਜੋ ਅਪਗ੍ਰੇਡ ਕਰਾਉਣ ਲਈ ਉਹ ਵੀ ਅਸੀਂ ਲਿਖ ਕੇ ਦਿੱਤਾ ਲੇਕਿਨ ਸਾਡੀ ਕਿਸੇ ਸਰਕਾਰ ਨੇ ਸੁਣੀ ਨਹੀਂ ਇੱਕ ਸਾਢੇ 24 ਘੰਟੇ ਲਾਈਟ ਹੈਗੀ ਹੈ ਉਹ ਇੱਕ ਤੋਂ ਦੂਜੇ ਦਿਨ ਰੋਜ਼ ਡਿਸਮਿਸ ਹੋਈ ਰਹਿੰਦੀ ਹੈ ਉਹ ਸਾਡੇ ਇਥੋਂ ਥੇਕ ਲੰਦਰ ਤੋਂ ਕਰਵਾਈ ਜਾਵੇ ਅਸੀਂ ਜੋ ਵੀ ਆਏ ਸਾਡੇ ਕੋਲ ਬਤੈਕ ਵੋਟਾਂ ਮੰਗਣ ਲਈ ਆਉਣਗੇ ਕਿਸੇ ਤਰ੍ਹਾਂ ਦੇ ਵੀ ਲੀਡਰ ਆਉਣ ਅਸੀਂ ਹਰੇਕ ਅੱਗੇ ਸਮੱਸਿਆ ਰੱਖਾਂਗੇ ਵੀ ਪਹਿਲੇ 5 ਸਾਲ ਸਾਡੇ ਬੀਤ ਗਏ ਹੁਣ ਨਵੇਂ 5 ਸਾਲ ਜਿਹੜਾ ਆਵੇਗਾ ਇਹ ਸਾਡੇ ਕੰਮ ਕਰਵਾਓ ਤਾਂ ਹੁਣ ਜਿਹੜੇ ਉਮੀਦਵਾਰ ਆਣਗੇ ਉਹਨਾਂ ਤੋਂ ਹੀ ਮੰਗ ਕੀਤੀ ਜਾਏਗੀ ਕਿ ਕੰਮ ਕਰਵਾਏ ਜਾਣ ਤਾਂ ਹੋਰ ਵੀ ਲੋਕ ਮੌਜੂਦ ਨੇ ਹਾਂਜੀ ਕੀ ਨਾਮ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਕੀ ਕਹੋਗੇ ਕਿੰਨਾ ਕੁ ਵਿਕਾਸ ਹੋਇਆ ਤੇ ਹੋਰ ਕੀ ਮੰਗਿਆ ਰਹਿਣਗੀ ਦੇਖੋ ਜੀ ਵਿਕਾਸ ਜੇ ਤਾਂ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਆਪਾਂ ਦੇਖੇ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆਪੋ ਆਪੇ ਦੇ ਮਤਲਬ ਪਾਟੋ ਕੁਲੇਸ਼ ਦੇ ਵਿੱਚ ਕੰਮ ਨਹੀਂ ਹੋਇਆ ਠੀਕ ਹੈ ਹੁਣ ਪਿੱਛੇ ਜੇ ਉਹਨਾਂ ਮੁੱਖ ਮੰਤਰੀ ਬਦਲ ਕੇ ਕੁਝ ਐਲਾਨ ਕੀਤੇ ਪਰ ਕੰਮ ਨਹੀਂ ਹੋਇਆ ਸਭ ਤੋਂ ਜਿਹੜੀ ਬੁਨਿਆਦੀ ਸਹੂਲਤਾਂ ਹੁੰਦੀਆਂ ਨੇ ਉਹ ਹੁੰਦੀਆਂ ਇੱਕ ਸਿੱਖਿਆ ਇੱਕ ਸਿਹਤ ਇੱਕ ਸਿਹਤ ਦੇ ਵਿੱਚ ਜੁੜਿਆ ਜਿੱਦਾਂ ਪਾਣੀ ਚੰਗਾ ਮਿਲ ਜਾਣਾ ਉਹ ਦੇਖੋ ਪਿੰਡਾਂ ਦੇ ਵਿੱਚ ਬਿਲਕੁਲੀ ਸਾਡਾ ਕਿਉਂਕਿ ਇਲਾਕਾ ਇਹ ਬਾਰਡਰ ਦਾ ਇਲਾਕਾ ਹੈ ਬਾਰਡਰ ਏਰੀਆ ਨੂੰ ਪਛੜਾ ਇਲਾਕਾ ਵੀ ਕਿਹਾ ਜਾਂਦਾ ਔਰ ਇਹ ਸਾਡੀ ਸਰਕਾਰਾਂ ਦੀ ਦੇਣ ਹੈ ਕਿ ਅਜੇ ਤੱਕ ਸਾਡੇ ਜਿਹੜਾ ਇਲਾਕੇ ਦੇ ਮਗਰ ਪਛੜਾ ਇਲਾਕਾ ਲੱਗਿਆ ਹੈ ਤਾਂ ਇਹਦੇ ਚ ਬੁਨਿਆਦੀ ਸਹੂਲਤਾਂ ਨੇ ਜੇ ਮੈਂ ਆਪਣੇ ਨਗਰ ਦੀ ਗੱਲ ਕਰਾਂ ਤਾਂ ਕੁਝ ਪੰਚਾਇਤ ਨੇ ਆਪਦੇ ਲੈਵਲ ਤੇ ਕੰਮ ਮਤਲਬ ਕੀਤਾ ਹੈ ਜਿੱਦਾਂ ਕਿ ਸਾਨੂੰ ਸਾਡੀ ਕੋਈ ਪੰਚਾਇਤ ਦੀ ਜ਼ਮੀਨ ਹੈ ਉਹਦੇ ਕੁਝ ਪੈਸੇ ਹੁੰਦੇ ਆ ਕੁਝ ਅੱਜ ਤੱਕ ਵੀ ਜੇ ਸਰਪੰਚ ਦੇ ਉਧਾਰ ਖਾਤੇ ਵੀ ਚੱਲਦੇ ਆ ਕਿਉਂਕਿ ਸਾਡਾ ਸਰਪੰਚ ਪਿਛਲੇ 4 ਪਲਾਨ ਤੋਂ ਮਤਲਬ ਬਣਦਾ ਰਿਹਾ ਹੈ ਤਾਂ ਉਹਦੇ ਕਰਕੇ ਉਹਨੂੰ ਮਤਲਬ ਉਧਾਰ ਵੀ ਮਿਲ ਜਾਂਦਾ ਤਾਂ ਇਸ ਕਰਕੇ ਸਾਡੇ ਪਿੰਡ ਦੇ ਜੋ ਗਲੀਆਂ ਨਾਲੀਆਂ ਦਾ ਵਿਕਾਸ ਹੋਇਆ ਹੈ ਨਰੇਗਾ ਦਾ ਕੰਮ ਆਪਦੇ ਬਲ ਬੁੱਤੇ ਤੇ ਕਰਵਾਇਆ ਪਰ ਬੁਨਿਆਦੀ ਸਹੂਲਤਾਂ ਦੀ ਕਮੀ ਹੈ ਜੋ ਕਿ ਸਾਨੂੰ ਸਰਕਾਰਾਂ ਪਾਸੋਂ ਹੀ ਮਿਲਦੀ ਹੁੰਦੀ ਹੈ ਇੱਕ ਪਿੰਡ ਦੀ ਪੰਚਾਇਤ ਦੇ ਉਹ ਵਸ ਨਹੀਂ ਹੁੰਦੀ ਉਹਨਾਂ ਦੇ ਵਿੱਚ ਇੱਕ ਤਾਂ ਸਿਹਤ ਦੀ ਹੈ ਜਿਹੜੀ ਬਹੁਤ ਵੱਡੀ ਸਮੱਸਿਆ ਸਾਡੇ ਤਾਂ ਜ਼ਿਲ੍ਹੇ ਦੇ ਵਿੱਚ ਸਮੱਸਿਆ ਹੈ ਪਿੰਡ ਤਾਂ ਫਿਰ ਸਾਡਾ ਬਹੁਤ ਇੱਕ ਨਗਰ ਤਾਂ ਛੋਟਾ ਹੈ ਦੂਸਰੀ ਸਮੱਸਿਆ ਪਾਣੀ ਦੀ ਪਾਣੀ ਦੀ ਸਮੱਸਿਆ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਬਹੁਤ ਵਾਰੀ ਮਤੇ ਜਿਹੜੇ ਹਨ ਪੰਚਾਇਤ ਦੇ ਵੱਲੋਂ ਦੇ ਚੁੱਕੇ ਹਾਂ ਪਰ ਬਿਲਕੁਲ ਵੀ ਉਹਨਾਂ ਮਤਿਆਂ ਤੇ ਕਿਉਂਕਿ ਇੱਕ ਵੀ ਸਿਰਫ 10 ਜਾਂ 20 ਘਰਾਂ ਨੂੰ ਜਿਹੜਾ ਹੈ ਉਹ ਜਿਹੜਾ ਪਾਣੀ ਹੁੰਦਾ ਹੈ ਵਾਟਰ ਬਾਕਸ ਦਾ ਬਾਕੀ ਸਾਰੇ ਪਿੰਡ ਦੇ ਵਿੱਚ ਜੋ ਪਾਈਪ ਦੀ ਨਿਊ ਨਵੀਂ ਜਿਹੜੀ ਉਹ ਹੁਣੀ ਹੈ ਪਾਈਪ ਲਾਈਨ ਪੈਣੀ ਹੈ ਲੇਕਿਨ ਉਹ ਨਹੀਂ ਪੈ ਰਹੀ ਤਾਂ ਇਹ ਤਾਂ ਹੈ ਨਾ ਉਹ ਤਾਂ ਇੱਕ ਜਿਹੜੀ ਸਿੱਖਿਆ ਦੀ ਗੱਲ ਹੈ ਪਹਿਲਾਂ ਵੀ ਚਲੋ ਦੋਸਤਾਂ ਨੇ ਕਿਹਾ ਸਿੱਖਿਆ ਦੇ ਵਿੱਚ ਵੀ ਵੈਸੇ ਆਲ ਓਵਰ ਸਾਡੇ ਪਿੰਡ ਦੇ ਵਿੱਚ ਟੀਚਰ ਤੇ ਆਪਣੇ ਵੱਲੋਂ ਸਹੀ ਕਰ ਰਿਹਾ ਸਕੂਲ ਦੇ ਵਿੱਚ ਵੀ ਸਾਡੀ ਜਿਹੜੀ ਬਿਲਡਿੰਗ ਵਗੈਰਾ ਬਣ ਗਈ ਹੈ ਸਹੀ ਪਰ ਜਿਹੜਾ ਆਲ ਓਵਰ ਹੈ ਟੀਚਰਾਂ ਦੀ ਕਮੀ ਹੈ ਤਾਂ ਉਹਦੇ ਵਿੱਚ ਸਿੱਖਿਆ ਦੇ ਵਿੱਚ ਸੁਧਾਰ ਕਰਨ ਦੀ ਜਿਹੜੀ ਜ਼ਰੂਰਤ ਹੈ ਬਾਹਰ ਰੰਗ ਰੋਗਣ ਕਰਕੇ ਸਕੂਲ ਵਧੀਆ ਬਣਾ ਕੇ ਸ਼ਾਇਦ ਉਹਨਾਂ ਨੇ ਚੰਗਾ ਹੁੰਦਾ ਕਿਉਂਕਿ ਇੱਕ ਗਰੀਬ ਘਰ ਦਾ ਜੇ ਬੱਚਾ ਪੜ੍ਹ ਕੇ ਅੱਗੇ ਜਾਏਗਾ ਤਾਂ ਤਾਂ ਹੀ ਸਾਡਾ ਜਿਹੜਾ ਦੇਸ਼ ਹੈ ਸਾਡਾ ਸਮਾਜ ਹੈ ਉਹ ਉੱਪਰ ਹੋਏਗਾ ਇਹ ਚੀਜ਼ਾਂ ਦੀ ਬੁਨਿਆਦੀ ਜਿਹੜੀਆਂ ਨੇ ਉਹ ਮਤਲਬ ਲੋੜਾਂ ਨੇ ਬਾਕੀ ਜਿਹੜੇ ਪਿੰਡਾਂ ਦੇ ਵਿਕਾਸ ਨੇ ਗਲੀਆਂ ਨਾਲੀਆਂ ਨੂੰ ਸ਼ਾਇਦ ਅਸੀਂ ਇਹਨਾਂ ਵਿਕਾਸ ਕਹਿੰਦੇ ਵੀ ਨਹੀਂ ਉਹ ਵੀ ਫਿਰ ਵੀ ਪੰਚਾਇਤਾਂ ਆਪਣੇ ਲੈਵਲ ਤੇ ਜਿੰਨੀਆਂ ਕੁ ਕਰਦੀਆਂ ਨੇ ਜਾਂ ਅਸੀਂ ਵੀ ਉਹ ਕਹਿੰਦੇ ਰਹਿੰਦੇ ਹਾਂ ਟਾਈਮ-ਟਾਈਮ ਤੇ ਆਣ ਤੇ ਤਾਂ ਜਿਹੜੀਆਂ ਸਰਕਾਰਾਂ પાસે ਸਾਡੀ ਮੰਗ ਹੈ ਅਸੀਂ ਤਾਂ ਅੱਗੇ ਵੀ ਚਾਹਾਂਗੇ ਜਿਹੜੀ ਵੀ ਸਰਕਾਰ ਬਣੇ ਸਭ ਤੋਂ ਪਹਿਲਾਂ ਸਿਹਤ ਸਿੱਖਿਆ ਸ਼ਿੱਖਿਆ ਦੇ ਵਿੱਚ ਜੋ ਬੱਚਿਆਂ ਦਾ ਸਤਾਰ ਉੱਚਾ ਚੱਕਣ ਵਾਸਤੇ ਜਿਹੜੀਆਂ ਜੋ ਪੜ੍ਹਾਈ ਹੈ ਪੜ੍ਹਾਈ ਦੇ ਨਾਲ-ਨਾਲ ਜਿਹੜਾ ਬੱਚਾ ਪੜ੍ਹ ਜਾਂਦਾ ਉਹਦੇ ਵਾਸਤੇ ਰੋਜ਼ਗਾਰ ਪੈਦਾ ਕਰਨਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹਦੇ ਤੋਂ ਸਰਕਾਰਾਂ ਪਹਿਲੀਆਂ ਸਰਕਾਰਾਂ ਪਈਦੀਆਂ ਆਈਆਂ ਨੇ ਹੁਣ ਦੇਖਾਂਗੇ ਨਵੀਂ ਸਰਕਾਰ ਕਿਹੜੀ ਬਣਦੀ ਹੈ ਜੀ ਤਾਂ ਤੁਸੀਂ ਸਿਹਤ ਸੁਵਿਧਾਵਾਂ ਦੀ ਗੱਲ ਕੀਤੀ ਹੈ ਸਿਹਤ ਸੁਵਿਧਾਵਾਂ ਨੂੰ ਲੈ ਕੇ ਆਪਾਂ ਗੱਲ ਕਰੀ ਤਾਂ ਪਿੰਡ ਦੇ ਵਿੱਚ ਕਿੰਨੀਆਂ ਕਿਹੜੇ ਲੈਵਲ ਦੀਆਂ ਸਿਹਤ ਸੁਵਿਧਾਵਾਂ ਉਪਲਬਧ ਨੇ ਇੱਥੇ ਸਿਹਤ ਸਹੂਲਤਾਂ ਤਾਂ ਦੇਖੋ ਜੀ ਨਾਮਾਤਰ ਜਿਹੜੀ ਹੈ ਉਹ ਕਲੀਨਿਕ ਹੈ ਪਰ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਐਮਡੀ ਡਾਕਟਰ ਜਾਂ ਕੋਈ ਹੈ ਨਹੀਂ ਕੋਈ ਸਰਕਾਰ ਵੱਲੋਂ ਕੀ ਉਪਲਬਧ ਕਰਵਾਇਆ ਸਰਕਾਰ ਵੱਲੋਂ ਕੁਝ ਨਹੀਂ ਉਪਲਬਧ ਹੈ ਜੀ ਕਲੀਨਿਕ ਬਣੀ ਹੈ ਪਰ ਉਹਦੇ ਵਿੱਚ ਸਾਨੂੰ ਤਾਂ ਕਦੇ ਕਦੇ ਵੇਖਿਆ ਨਹੀਂ ਅਸੀਂ ਤਾਂ ਵੀ ਉਹਦੇ ਵਿੱਚ ਕੋਈ ਡਾਕਟਰ ਹੁੰਦਾ ਹੈ ਜਾ ਕੋਈ ਅਜੇ ਨਰਸ ਹੁੰਦੀ ਹੈ ਜਿਹੜੀ ਉਹ ਕਿਤੇ ਮਹੀਨੇ ਬਾਅਦ ਜੇ ਕੋਈ ਬੱਚਿਆਂ ਨੂੰ ਕੋਈ ਪੋਲੀਓ ਦੀਆਂ ਕੋਈ ਬੂੰਦਾ ਪਾਉਣੀ ਹੈ ਜਾਂ ਉਹਨਾਂ ਦੀ ਉਹ ਡਿਊਟੀ ਹੁੰਦੀਆਂ ਨੇ ਜੇ ਆਸ਼ਾ ਵਰਕਰ ਹੈ ਤਾਂ ਉਹਦਾ ਵੀ ਕੰਮ ਕੋਈ ਖਾਸ ਸਿਹਤ ਸੁਲਤਾਨ ਦਾ ਨਹੀਂ ਹੁੰਦਾ ਸੋ ਇੱਕ ਪੱਕੀ ਵਧੀਆ ਕਲੀਨਿਕ ਉਸਾਰੀ ਦੀ ਕਲੀਨਿਕ ਹੋਵੇ ਤੇ ਕਲੀਨਿਕ ਦੇ ਵਿੱਚ ਜਿਹੜੇ ਕਲੀਨਿਕ ਹੁੰਦੀ ਹੈ ਇੱਕ ਤਾਂ ਉਹਦੇ ਵਿੱਚ ਸਟਾਫ ਪੂਰਾ ਹੋਵੇ ਡਾਕਟਰ ਇੱਕ ਬਿਲਕੁਲ ਵਧੀਆ ਡਾਕਟਰ ਜਿਹੜਾ ਐਮਡੀ ਡਾਕਟਰ ਲੈਵਲ ਦਾ ਹੋਵੇ ਉਹ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਬਾਕੀ ਤਾਂ ਫਿਰ ਨਹੀਂ ਤਾਂ ਸਾਡੇ ਤਾਂ ਆਰਐਮਪੀ ਭਰਾ ਜਿਹੜੇ ਡਾਕਟਰ ਨੇ ਉਹਨਾਂ ਕੋਲ ਹੀ ਅਸੀਂ ਸੁਲਤਾਂ ਲੈਨੇ ਜੀ ਪਿੰਡ ਦੇ ਵਿੱਚ ਰਾਸ਼ਨ ਕਾਰਡ ਕਿੰਨੇ ਲੋਕਾਂ ਦੇ ਬਣੇ ਆ ਕਿੰਨੇ ਕੁ ਸਮਾਰਟ ਕਾਰਡ ਬਣਾਤੇ ਰਾਸ਼ਨ ਕਾਰਡ ਤਾਂ ਦੇਖੋ ਜੀ ਪਹਿਲੀਆਂ ਸਰਕਾਰਾਂ ਵਿੱਚ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਸ ਵਕਤ ਵੀ ਕਾਫੀ ਬਣੇ ਸੀ ਹੁਣ ਤੱਕ ਕੋਈ ਨਾ ਮਤ ਰਹਿ ਗਿਆ ਕਈ ਲੋਕਾਂ ਦੇ ਹੈ ਜਿਨ੍ਹਾਂ ਦੇ ਕੱਟੇ ਗਿਆ ਦੁਬਾਰਾ ਕੁਝ ਨਵੀਂ ਸਰਕਾਰ ਆਉਣ ਵਿੱਚ ਕਟੀਚੇ ਆ ਤਾਂ ਉਹ ਵੀ ਚਲੋ ਕੋਈ ਪੰਚਾਇਤ ਆਪਣੇ ਲੈਵਲ ਤੋਂ ਬਣਵਾ ਰਹੀ ਹੈ ਉਹ ਆਲ ਓਵਰ ਕੁਝ ਠੀਕ ਹੈ ਜੋ ਰਾਸ਼ਨ ਦਾ ਹੈ ਮਸਲਾ ਉਹ ਠੀਕ ਹੈ ਬਾਕੀ ਜਿਹੜਾ ਵਡੀਆਂ-ਵਡੀਆਂ ਚੀਜ਼ਾਂ ਦੇ ਆ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਾ ਕਿ ਸੇਤ ਬਿਜਲੀ ਦੇ ਬਿੱਲ ਕਹ ਰਹੇ ਨੇ ਸਰਕਾਰ ਵੱਲੋਂ ਮਾਫ ਕਰ ਦਿੱਤੇ ਗਏ ਨੇ ਕਿੰਨੇ ਕੁ ਲੋਕਾਂ ਦੇ ਬਿਜਲੀ ਦੇ ਬਿੱਲ ਸਾਡਾ ਦੇਖੋ ਜੀ ਪਹਿਲੇ ਹੀ ਐਸਸੀ ਦੇ ਵਿੱਚ ਸਾਡਾ ਪਿੰਡ ਜਿਹੜਾ ਹੈ 90% ਆਬਾਦੀ ਜਿਹੜੀ ਹੈ ਐਸਸੀ ਸਰਕੀ ਬੰਦ ਜਿਹੜਾ ਉਹਨੂੰ ਇਹ ਕਰਦੀ ਹੈ ਤਾਂ ਉਹਦੇ ਵਿੱਚ ਤਾਂ ਪਹਿਲਾਂ ਹੀ ਉਹ ਜਿਹੜਾ 400 ਯੂਨਿਟ ਮਾਫ ਦਾ ਹੈ ਆਲ ਓਵਰ ਪਰ ਜਿਹੜਾ ਉੱਪਰ ਬਿੱਲ ਆਉਂਦਾ ਸੀ ਉਹ ਅੱਜ ਤੱਕ ਆ ਰਿਹਾ ਹੈ ਜਿਹੜਾ ਉੱਪਰ ਵੀ ਜੇ ਕੋਈ ਬਾਲਦਾ ਹੈ ਤਾਂ ਉਹਦਾ ਬਿੱਲ ਆ ਰਿਹਾ ਹੈ ਉਹ ਅਜੇ ਤੱਕ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਮਾਫੀ ਆਈ ਹੈ ਹਾਂ ਪਿੱਛੇ ਜੇ ਕੁਝ ਲਿਸਟਾਂ ਆਈਆਂ ਸੀ ਜਿਹੜੇ ਡਿਫਾਲਟਰ ਸੀ ਉਹਨਾਂ ਦੀਆਂ ਉਹ ਇੱਕ ਪਿੰਡ ਦੇ ਵਿੱਚ ਕੋਈ ਇੱਕ ਦੋ ਬੰਦੇ ਹੋ ਜਿਹੜਾ ਜਿਨ੍ਹਾਂ ਨੂੰ ਕੋਈ ਸ਼ਾਇਦ ਉਹਦੀ ਸੁਵਿਧਾ ਮਿਲੀ ਹੋ ਗਈ ਹੁਣ ਜਿਹੜੇ ਉਮੀਦਵਾਰ ਆਣਗੇ ਇੱਥੇ ਵੋਟਾਂ ਮੰਗਣ ਆਣਗੇ ਅਕਾਲੀ ਆਣਗੇ ਕਾਂਗਰਸੀ ਆਣਗੇ ਆਮ ਆਦਮੀ ਪਾਰਟੀ ਵਾਲੇ ਆਣਗੇ ਜਾਂ ਹੋਰ ਵੀ ਕਿਹੜੀਆਂ ਜਿਹੜੀਆਂ ਪਾਰਟੀਆਂ ਬੀਜੇਪੀ ਵਾਲੇ ਵੀ ਆਣਗੇ ਤਾਂ ਉਹਨਾਂ ਨਾਲ ਕੀ ਡਿਮਾਂਡ ਕਰੋਗੇ ਫਿਰ ਸਾਡੀ ਤਾਂ ਡਿਮਾਂਡ ਇਹੀ ਹੈ ਜੀ ਜਿਹੜੀ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇੱਕ ਤਾਂ ਜਿਹੜਾ ਨੌਜਵਾਨ ਵਰਗ ਹੈ ਇਹਨੂੰ ਉੱਪਰ ਚੁੱਕਣ ਵਾਸਤੇ ਇੱਕ ਤਾਂ ਮੁਢਲੇ ਲੈਵਲ ਤੋਂ ਪੜ੍ਹਾਈ ਚੰਗੀ ਹੋਣੀ ਜਿਹੜੀ ਉਹ ਜ਼ਰੂਰੀ ਹੈ ਜਦੋਂ ਬੱਚਾ ਪੜ ਜਾਂਦਾ ਤਾਂ ਉਹਦੇ ਵਾਸਤੇ ਰੋਜ਼ਗਾਰ ਪੈਦਾ ਕਰਨੇ ਉਹ ਜਿਹੜੀ ਸਰਕਾਰਾਂ ਦੀ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਜਦੋਂ ਰੋਜ਼ਗਾਰ ਮਿਲੂਗਾ ਤਾਂ ਆਪਣੇ ਪੈਰਾਂ ਤੇ ਜਦੋਂ ਕੋਈ ਬੱਚਾ ਖੜਾ ਹੋਊਗਾ ਤਾਂ ਉਹਦੇ ਨਾਲ ਸਾਰਾ ਸਮਾਜ ਦਾ ਜਿਹੜਾ ਵਿਕਾਸ ਹੁੰਦਾ ਹੈ ਉਹ ਜ਼ਰੂਰੀ ਹੈ ਬਾਕੀ ਸਭ ਤੋਂ ਵੱਡੀ ਮੰਗ ਜੇ ਮੈਂ ਪਿੰਡ ਦੀ ਗੱਲ ਕਰਾਂ ਤਾਂ ਸਾਡੀ ਪਾਣੀ ਦੀ ਮੰਗ ਰਹੂਗੀ ਕਿਉਂਕਿ ਪਾਣੀ ਮਾੜੇ ਦੇ ਨਾਲ ਕੈਂਸਰ ਦੀ ਜਿਹੜੀ ਸ਼ਿਕਾਇਤ ਹੈ ਉਹ ਸਾਡੇ ਬਾਰਡਰ ਏਰੀਆ ਵਿੱਚ ਬਹੁਤ ਜ਼ਿਆਦਾ ਕੈਂਸਰ ਦਾ ਜਿਹੜਾ ਰੋਗ ਭਿਆਨਕ ਰੋਗ ਹੈ ਉਹ ਲੱਗ ਰਿਹਾ ਹੋਰ ਵੀ ਬਹੁਤ ਸਾਰੀਆਂ ਡਾਇਬਟੀਜ਼ ਆਇਆ ਜਾ ਉਹ ਸਾਰੇ ਪਾਣੀ ਤੋਂ ਹੀ ਸ਼ੁਰੂ ਹੋ ਰਿਹਾ ਹੈ ਤਾਂ ਪਾਣੀ ਦੀ ਸਭ ਤੋਂ ਵੱਡੀ ਸਾਡੀ ਮੰਗ ਜਿਹੜੀ ਪਹਿਲਾਂ ਵੀ ਰਹਿੰਦੀ ਆਈ ਹੈ ਹੁਣ ਵੀ ਰਹੇਗੀ ਦੂਸਰੀ ਮੰਗ ਸਭ ਤੋਂ ਵੱਡੀ ਜਿਹੜੀ ਸਕੂਲ ਅਪਗ੍ਰੇਡ ਸਕੂਲ ਦੀ ਬਿਲਡਿੰਗ ਤਾਂ ਚਲੋ ਆਪਣੇ ਲੈਵਲ ਤੇ ਚੱਲੀ ਜਾਂਦਾ ਸਕੂਲ ਅਪਗ੍ਰੇਡ ਸਾਡਾ ਕਿਉਂਕਿ میٹرਿਕ ਤੱਕ ਹੈ ਸਾਡੇ ਬੱਚੇ ਜਾਂਦਾ ਇੱਥੋਂ 3 ਕਿਲੋਮੀਟਰ ਦੂਰ ਸਾਡੇ 3 ਕਿਲੋਮੀਟਰ ਟੂਲ ਟੈਕਸ ਤੋਂ ਤੇ ਉੱਥੇ ਵੀ ਇੱਕ ਹੋਰ ਪੰਗਾ ਪੈ ਗਿਆ ਵੀ ਜਿਹੜਾ ਪਿੱਛੇ ਲੇਡੀਜ਼ ਨੂਮ ਕਰਾਇਆ ਮਾਫ ਕਰਨ ਦਾ ਚੱਕਰ ਬਣਿਆ ਉਹਦੇ ਵਿੱਚ ਸਾਡੀ ਬੱਸ ਪਹਿਲੇ ਟੂਲ ਟੈਕਸ ਤੇ ਰੁਕਦੀ ਸੀ ਹੁਣ ਉਹ ਵੀ ਜਿਹੜੇ ਆ ਨਹੀਂ ਚੜਾਉਂਦੇ ਸਵਾਰੀਆਂ ਨੂੰ ਇੱਥੋਂ ਪਾਹਕੇ ਲੈ ਜਾਂਦੇ ਆ ਇਹ ਵੀ ਸਭ ਤੋਂ ਵੱਡੀ ਜਿਹੜੀ ਹੈ ਜਾਂ ਤਾਂ ਉਹ ਮਾਫੀ ਨੂੰ ਕੱਟ ਦੇਣ ਤੇ ਜਾਂ ਫਿਰ ਮਾਫੀ ਦੇ ਵਿੱਚ ਕੋਈ ਕੰਡੈਕਟਰਾਂ ਡਰਾਈਵਰਾਂ ਤੇ ਕੋਈ ਇਹੋ ਜਿਹਾ ਸ਼ਿਕੰਜਾ ਕੱਸਿਆ ਜਾਵੇ ਬੱਸਾਂ ਬੱਸ ਸਟੈਂਡ ਦੇ ਵਿੱਚ ਰੋਕੀ ਜਾਵੇ ਤਾਂ ਜਿਹੜੇ ਬੱਚੇ ਆ ਉਹ 10ਵੀਂ ਦਾ ਸਕੂਲ ਹੈ ਉਹ ਅੱਗੇ ਜਾਂਦੇ ਆ ਪਲੱਸ 2 ਪੜ੍ਹਨ ਵਾਸਤੇ ਸ਼ਹਿਰਾਂ ਦੇ ਵਿੱਚ ਜਿਹੜੇ ਸਾਡੇ 12 14 ਕਿਲੋਮੀਟਰ ਸ਼ਹਿਰ ਨੇ ਤਾਂ ਸਾਡੀ ਉਹ ਡਿਮਾਂਡ ਕਾਫੀ ਸਾਲਾਂ ਤੋਂ ਰਹੀ ਆ ਵੀ ਉਹ ਅਪਗ੍ਰੇਡ ਕਰਕੇ ਪਲੱਸ 2 ਤੱਕ ਘਟੋਗੜ ਕੀਤਾ ਜਾਵੇ ਤੇ ਉਹਦੇ ਵਿੱਚ ਪੂਰਾ ਸਟਾਫ ਵੀ ਜਿਹੜਾ ਮਤਲਬ ਉਪਰਤੀ ਨਵਾਂ ਜਿਹੜਾ ਕੀਤਾ ਜਾਵੇ ਪਾਣੀ ਹੈ ਸਿਹਤ ਹੈ ਔਰ ਸਿੱਖਿਆ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਪਹਿਲ ਦੇ ਦਾਰ ਤੇ ਇੱਕ ਹੋਰ ਸਾਡੇ ਪਿੰਡ ਦੇ ਵਿੱਚ ਮਸਲਾ ਜਿਹੜਾ ਅਸੀਂ ਪਿਛਲੇ 7 8 ਸਾਲਾਂ ਤੋਂ ਚੱਕਦੇ ਆ ਰਹੇ ਆ ਦਵਿੰਦਰ ਘਵਾਯਾ ਦੇ ਕੋਲ ਵੀ ਸਾਡੇ ਕੁਛ ਸੱਜਣ ਗਏ ਸੀ ਤੇ ਅਸੀਂ ਪਹਿਲਾਂ ਵੀ ਸਰਜੀਤ ਕੁਮਾਰ ਜਿਆਣੀ ਮੰਤਰੀ ਸੀਗੇ ਉਹਨਾਂ ਦੇ ਨਾਲ ਵੀ ਅਸੀਂ ਬੜਾ ਉਹ ਹੈ ਸਾਡਾ ਬਿਜਲੀ ਦਾ ਮਸਲਾ ਬਿਜਲੀ ਦਾ ਮਸਲਾ ਚਲੋ ਮਾਫੀਆਂ ਤਾਂ ਹੈਣ ਜਿਹੜੀਆਂ ਸਾਡੀ ਬਿਜਲੀ ਆਉਂਦੀ ਐ ਥੋਂ 5 ਕਿਲੋਮੀਟਰ ਲੈਂਡ ਸਾਡੀ ਲੰਬੀ ਚੱਲਦੀ ਜਿਹਦੇ ਵਿੱਚ ਸਾਡੇ 7-8 ਪਿੰਡ ਹੁੰਦੇ ਆ ਤਾਂ ਉਹ ਸਾਡੇ ਤੱਕ ਆਉਂਦੀ ਆਉਂਦੀ ਇੱਕ ਤਾਂ ਉਹਦੀ ਲਾਈਟ ਦੀ ਜਿਹੜੀ ਪਾਵਰ ਉਹ ਕੱਢ ਜਾਂਦੀ ਐ ਦੂਸਰੀ ਡਿਫਾਲਟਰ ਹੁੰਦੇ ਆ ਜਿਹੜੇ ਰਸਤੇ 'ਚ ਫਾਲਟਰ ਪੈਂਦੇ ਆ ਫਾਲਟ ਪੈਂਦੇ ਆ ਉਹ ਫਾਲਟ ਜਿਹੜੇ ਆ ਘੱਟ ਸਟਾਫ ਹੋਣ ਕਰਕੇ ਕਿਉਂਕਿ ਬਿਜਲੀ ਵਾਲਿਆਂ ਦੇ ਵੀ ਮੁਲਾਜ਼ਮਾਂ ਦੀ ਵੀ ਸੁਣੀਏ ਤਾਂ ਘੱਟ ਮੁਲਾਜ਼ਮ ਨੇ ਤਾਂ ਘੱਟ ਸਟਾਫ ਹੋਣ ਕਰਕੇ ਉਹ ਕਈ ਵਾਰਾ ਸਾਨੂੰ ਰਾਤ ਨੂੰ ਵੀ ਐਵੇਂ ਸੌਣਾ ਪੈਂਦਾ ਸਾਰਾ ਸਾਰਾ ਦਿਨ ਐਵੇਂ ਰਹਿਣਾ ਪੈਂਦਾ ਲਾਈਟ ਤੋਂ ਬਗੈਰ ਗਰਮੀਆਂ ਦੇ ਵਿੱਚ ਮੱਛਰ ਕੱਟਦਾ ਜਿਹਦੋਂ ਤੋਂ ਮਲੇਰੀਆ ਵੀ ਪੈਦਾ ਹੁੰਦਾ ਤਾਂ ਉਹ ਸਾਡੇ ਤੇ ਇੱਕ ਨੇੜੇ ਸਬ ਡਿਵੀਜ਼ਨ ਆ ਥੇ ਕਲੰਦਰ ਜਿਹੜਾ ਸਾਨੂੰ ਸਿਰਫ ਕਿਲੋ ਸਵੇ ਕਿਲੋਮੀਟਰ ਤੇ ਪੈਂਦਾ ਤਾਂ ਸਾਡੀ ਉਹ ਬੜੇ ਚਿਰਾਂ ਤੋਂ ਡਿਮਾਂਡ ਰਹੀ ਹੈ ਮੰਗ ਰਹੀ ਹੈ ਕਿ ਸਾਡਾ ਪਿੰਡ ਜਿਹੜਾ ਦੋ ਤਿੰਨ ਪਿੰਡ ਉਧਰੋਂ ਜੋੜ ਤੇ ਜਾਵਣ ਤਾਂ ਜਿਹਦੇ ਨਾਲ ਬੀਲਬੋਰਡ ਨੂੰ ਵੀ ਸ਼ਾਇਦ ਉਸ ਚੀਜ਼ ਦਾ ਮੁਨਾਫਾ ਹੋਊਗਾ ਤੇ ਸਾਡੇ ਪਿੰਡ ਦੇ ਜਿਹੜੇ ਸਮੱਸਿਆ ਇਸ ਤੋਂ ਅਸੀਂ ਦੂਰ ਹੋ ਸਕਦੇ ਆ ਉਹਦੇ ਵਿੱਚ ਇੱਕ ਅੜਿੱਕੀ ਪੈਂਦੀ ਹੈ ਕਿ ਕਹਿੰਦੇ ਆ ਜੀ ਉਹ ਲੈਂਡ ਚੱਲਦੀ ਹੈ ਰੇਲਵੇ ਲੈਂਡ ਤਾਂ ਰੇਲਵੇ ਲੈਂਡ ਦੀ ਵੀ ਅਸੀਂ ਪਰਮਿਸ਼ਨ ਜਿਹੜੀ ਪਾਈ ਸੀ ਸੁਣਿਆ ਸੀ ਮੰਤਰੀ ਸਾਹਿਬ ਕਹਿੰਦੇ ਸੀ ਸਰਜੀਤ ਕੁਮਾਰ ਜਾਨੀ ਕਿ ਉਹ ਪਰਮਿਸ਼ਨ ਤਾਂ ਹੋ ਚੁੱਕੀ ਹੈ ਹੁਣ ਪਤਾ ਨਹੀਂ ਵਿੱਚ ਹੁਣ ਕੀ ਕੁਝ ਆੜ ਰਿਹਾ ਹੈ ਕਿ ਉਹ ਸਾਡੀ ਜਿਹੜੀ ਲੈਟ ਹੈ ਉਹ ਇਧਰੋਂ ਸਬਡਿਵੀਜ਼ਨ ਵਿੱਚ ਨਹੀਂ ਜੁੜੀ ਜਾ ਰਹੀ ਜੀ ਤਾਂ ਕਈ ਮੁੱਦੇ ਰਹਿਣਗੇ ਇਸ ਵਾਰ ਜਿਹੜਾ ਚੋਣ ਹੈ ਉਹ 14 ਫਰਵਰੀ ਨੂੰ ਵੋਟਾਂ ਪੈ ਜਾਣੀਆਂ ਐ ਨਵੀਂ ਸਰਕਾਰ ਚੁਣੀ ਜਾਣੀ ਐ ਤੇ ਨਵੀਂ ਸਰਕਾਰ ਦੇ ਨਾਲ ਹੀ ਕਈ ਮੁੱਦੇ ਵੀ ਪਿੰਡ ਵਾਸੀਆਂ ਵੱਲੋਂ ਚੁੱਕੇ ਜਾ ਰਹੇ ਐ ਕਿਹਾ ਜਾ ਰਿਹਾ ਕਿ ਵਧੀਆ ਸੇ ਸਹੂਲਤਾਂ ਹੋਣ ਵਧੀਆ ਸਿੱਖਿਆ ਮਿਲੇ ਹੋਰ ਬਸਟਡ ਦੀ ਵੀ ਇੱਥੇ ਜੋ ਸਮੱਸਿਆ ਐ ਉਸ ਦੇ ਬਾਰੇ ਵੀ ਜਿਹੜੇ ਇਲੈਕਸ਼ਨ ਚ ਲੜ ਰਹੇ ਨੇ ਉਮੀਦਵਾਰ ਉਹਨਾਂ ਦੇ ਕੋਲੋਂ ਸਹੂਲਤਾਂ ਜਿਹੜੀਆਂ ਉਹ ਮੰਗੀਆਂ ਜਾਣੀਆਂ ਤਾਂ ਮੇਰੇ ਨਾਲ ਮੌਜੂਦ ਨੇ ਹੋਰ ਪਿੰਡ ਵਾਸੀ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਓਮਪ੍ਰਕਾਸ਼ ਜੀ ਜੇਕਰ ਮੇਰੀ ਆਵਾਜ਼ ਜੇ ਪਹੁੰਚਦੀ ਹੈ ਤਾਂ ਪਲੀਜ਼ ਮੈਂ ਬੇਨਤੀ ਕਰਦਾ ਪ੍ਰੈਸ ਰਹੀਂ ਤਰੀਬਨ 5 ਸਾਲ ਹੋ ਗਏ ਫਾਇਲ ਕਾ ਨਾ ਅਜ ਫਾਇਲ ਕਾ ਜਿਲ੍ਹਾ ਜੋ ਸਿਵਲ ਹਸਪੀਟਲ ਹੈ ਇਹਦੇ ਵਿੱਚ ਕੋਈ ਸਰਜਨ ਹੈਗਾ ਜਿਲ੍ਹਾ ਇਹ ਐਵਰੇਜ ਇੱਕ ਪਰਦੇ ਪਰਿਵਾਰ ਦੀ ਇੱਕ ਤਾਂ ਆਪਰੇਸ਼ਨ 5 ਸਾਲ ਬਹੁੰਦਾ ਜੀ ਕਿਸੇ ਤਰ੍ਹਾਂ ਇੱਥੇ ਦੇ ਨਹੀਂ ਸਰਜਨ ਹੈਗਾ ਜੇ ਸਰਜਨ ਫਾਇਲ ਕਾ ਆ ਜਾਵੇ ਨਾ ਤਗਰੀਬ ਜਨਤਾ ਨੂੰ ਜਿਹੜਾ ਇੱਕ ਸਜੇਰੀ ਕਰਨਾਈ ਨਾ 30 ਤੋਂ 35000 ਰੁਪਿਆ ਖਰਚਾ ਹੁੰਦਾ। ਉਹ ਫਿਰ ਲੋਕਾਂ ਦੀ ਮਜਬੂਰੀ ਹੁੰਦੀ ਹੈ ਅਮਰਜੈਂਸੀ ਹੁੰਦੀਆਂ ਨੇ ਉਹ ਪ੍ਰਾਈਵੇਟ ਕਰਾਉਂਦੇ ਆ ਜੀ। 5 ਸਾਲਾਂ ਵਿੱਚ ਕੋਈ ਸਰਜਨ ਨਹੀਂ ਆਇਆ ਜੀ। ਤੁਸੀਂ ਡਿਮਾਂਡ ਕਰ ਰਹੇ ਹੋ ਔਰ ਡਾਕਟਰ ਤਿੰਨ ਨੇ ਜੀ ਉੱਥੇ ਇਹਦੇ ਬਾਰੇ ਕੀ ਸਰ ਜੀ ਉਹ ਕੋਈ ਪਰਮਨੈਂਟ ਨਹੀਂ ਹੈਗੇ ਜੀ। ਪਰਮਾਨੈਂਟ ਨਹੀਂ ਹੈਗੇ ਉਹ ਉਹ ਵਿੱਚ ਆ ਤੇ ਜਿੰਨਾਂ ਕੋ ਮਲੇ ਸੰਯੋਗ ਕਰਦੇ ਆ ਆਪਰੇਸ਼ਨ ਕਰਦੇ ਆ ਪਰ ਉਹ ਉਹ ਸਰਕਾਰ ਵੱਲੋਂ ਨਹੀਂ ਹੈਗੇ। ਬਿਲਕੁਲ ਉੱਥੇ ਨਾ ਕੀ ਹੈ অপারেশন ਕਰ ਜਾਂਦੇ ਆ ਬਾਅਦ ਚ ਇੱਕ ਹਫਤਾ ਪੇਸ਼ੈਂਟ ਦੀ ਰਿਕਵਰੀ ਵਾਸਤੇ ਡਾਕਟਰ ਤੇ ਲੋਡ ਹੁੰਦੀ ਹੈ ਜਦੋਂ ਉਹ ਉਹ ਚਲੇ ਜਾਂਦੇ ਆ ਫਿਰ ਉਹ ਲੋਕ ਪੇਸ਼ੈਂਟ ਡਰਦੇ ਆ ਵੀ ਇਹ ਡਾਕਟਰ অপারেশন ਕਰ ਚਲੇ ਜਾਣਗੇ ਤਾਂ ਬਾਅਦ ਚ ਸਾਡਾ ਇਹ ਜਿਹੜਾ ਉਹਦਾ ਖਿਆਲ ਕੌਣ ਕਰੂਗਾ ਫਿਰ ਲੋਕ ਵੀ ਡਰ ਕੇ ਮਾਰੇ ਪ੍ਰਾਈਵੇਟ ਤਾਂ ਜਾਂਦੇ ਆ ਜੀ ਤਾਂ ਮੇਰੀ ਇਹ ਹੀ ਬੇਨਤੀ ਹੈ ਪਰਮਾਨੈਂਟ ਜਨਿਓਲਿਸਟ ਪਰਮਾਨੈਂਟ ਸਰਜਨ ਹੋਣਾ ਚਾਹੀਦਾ ਹੈ ਸਿਵਲ ਹਸਪੀਟਲ ਫਾਲਗਾ ਜੀ अच्छा जी जे गल करिए सीटी स्कैन ਹੈਗਾ ਉਹ ਸੀਟੀ ਸਕੈਨ ਜੇ ਹੋ ਜਾਵੇ 3 ਦਿਨ ਮ ਰਿਪੋਰਟ ਮਿਲਦੀ ਹੈ ਜੀ 3 ਦਿਨ ਮ ਰਿਪੋਰਟ ਮਿਲੇਗੀ ਸਰ ਉਹਦਾ ਲੈ ਨਹੀਂ ਹੋਸਦਾ ਕਿਉਂਕਿ ਅਮਰਜੈਂਸੀ ਹੁੰਦੀ ਹੈ ਉਹ ਤਾਂ ਅੱਛਾ ਇੱਥੇ ਇੱਕ ਆਪਣਾ ਹਸਪੀਟਲ ਤੇ ਮੈਂ ਪਰਸੂ ਗਿਆ ਬਹੁਤ ਅੱਛਾ ਹਸਪੀਟਲ ਬਣਾ ਹੈ ਪਰ ਦੇਖੋ ਇੱਥੇ ਇੱਕ ਨਿਊਰੋ ਸਰਜਨ ਹੈਗਾ ਯੂਰੋ ਜੋ ਲਿਸਟ ਨਹੀਂ ਹੈਗੇ ਮਨ ਜਿਹੜੇ ਰੋਗ ਜਿਹੜੇ ਬੜੇ ਮਹਿੰਗੇ ਹਨ ਉਹ ਡਾਕਟਰ ਇੱਥੇ ਨਹੀਂ ਆਪਣੇਗੇ ਫਿਰ ਮੇਰੀ ਬੇਨਤੀ ਹੈ ਜਿੰਨਾ ਹੋਵੇ ਆਪਣੇ ਇੱਥੇ ਆਪਣੇ ਸਿਵਲ ਹਸਪੀਟਲ ਚ ਡਾਕਟਰਾਂ ਬੁਲਾਜੇਵੇ ਆਪਣਾ ਏਰੀਆ ਬਹੁਤ ਗਰੀਬ ਜਨਤਾ ਹੈਗੀ ਏ ਉਹ ਜੋ ਹੈ ਜਿਹੜੀ ਸਰਕਾਰੀ ਸਬਦਾਵਾਂ ਲੈ ਲੈ ਸਕੇ ਇਹ ਮੇਰੀ ਬੇਨਤੀ ਜਰੂਰ ਉੱਪਰ ਪਹੁੰਚਾਓ ਹੁਣ ਜਦੋਂ ਉਮੀਦਵਾਰ ਆਣਗੇ ਵੋਟਾਂ ਮੰਗਣ ਫਿਰ ਕੀ ਇਹ ਮੰਗਾ ਕਰੋਂਗੋ ਉਹਨਾਂ ਤੋਂ ਬਿਲਕੁਲ ਇਹ ਹੀ ਮੰਗਾ ਕਰਾਂਗੋ ਉਹਨਾਂ ਕੋਲ ਜੀ ਤੇ ਇਹ ਇੱਕ ਜਿਵੇਂ ਹੁੰਦਾ ਜੀ ਕੋਈ ਇੱਕ ਕੋਈ ਐਮਲ ਹੈ ਅੱਗੂ ਸਰਪੇ ਚ ਨਾਂ ਦੀ ਆਪਸੀ ਰੰਜਿਸ਼ ਹੁੰਦੀ ਹੈ ਉਹਦਾ ਜੀ ਨਾ ਖਮਜਾਣਾ ਗਰੀਬ ਜੰਦਰ ਬੁਝਣਾ ਪੈਂਦਾ ਜੋ ਕੋ ਨਰੇਗਾ ਲਾਲੋ ਕੁਸਤਰ ਕੋ ਲਾਲੋ ਜੇ ਐਮਰਾਂ ਦੀ ਦੁਸ਼ਨੀ ਹੁੰਦੀ ਸਰਪੰਚ ਨਾਲ ਉਹ ਫਿਰ ਜਿਹੜਾ ਕੰਮ ਹੁੰਦਾ ਉਹ ਸਾਰਾ ਜਿਹੜਾ ਪਾਰ ਗਰੀਬ ਜਨਤਾ ਪੰਦਾ ਸਾਡਾ ਕੰਮ ਨਹੀਂ ਹੁੰਦਾ ਇਹ ਮੇਰੀ ਬੇਨਤੀ ਹੈ ਜਿਹੜੇ ਆਉਣ ਵਾਲੇ ਆਪਣੇ ਐਮਰਸ ਹੋਣਗੇ ਇਹ ਚੀਜ਼ ਨੂੰ ਪਛਾਣ ਕਰਕੇ ਜਨਤਾ ਦੀ ਜੋ ਸਚਾਈ ਹੈ ਉਹ ਕੰਮ ਕਰਨਾ ਤਾਂ ਕਿ ਆਪਾਂ ਨੂੰ ਅਜੇ ਰਾਜਨੀਤੀ ਦੇ ਤੌਰ ਤੇ ਦੁਸ਼ਮਣਕਾਰ ਕੰਮ ਨਹੀਂ ਚੱਲਣਾ ਚਾਹੀਦਾ ਤਾਂ ਸਰ ਪਿੰਡ ਵਾਸੀ ਜੋ ਜਾਣਕਾਰੀ ਦੇ ਰਹੇ ਸਨ ਇਹਨਾਂ ਦਾ ਕਹਿਣਾ ਕਿ ਸਰਕਾਰੀ ਹਸਪਤਾਲ ਦੇ ਵਿੱਚ ਜਿਹੜੀਆਂ ਸੇਵਾ ਸੁਵਿਧਾਵਾਂ ਸਹੀ ਕੀਤੀਆਂ ਜਾਣ ਤਾਂ ਕਿ ਉੱਥੇ ਗਰੀਬ ਜਨਤਾ ਨੂੰ ਲਾਭ ਮਿਲ ਸਕੇ ਲੋਕਾਂ ਨੂੰ ਜੋ ਮਹਿੰਗਾ ਪ੍ਰਾਈਵੇਟ ਇਲਾਜ ਹੈ ਉਸ ਤੋਂ ਛੁਟਕਾਰਾ ਮਿਲ ਸਕੇ ਫਾਜ਼ਿਲਕਾ ਦੇ ਵਿੱਚ ਜੋ ਜਨਤਾ ਹੈ ਉਹ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਵਾਸਤੇ ਜਾਂਦੀ ਹੈ ਲੇਕਿਨ ਉੱਥੇ ਪ੍ਰੋਪਰ ਜਿਹੜੀਆਂ ਸੇਵਾ ਸੁਵਿਧਾਵਾਂ ਨਹੀਂ ਮਿਲ ਪਉਂਦੀਆਂ ਜਿਸ ਦੇ ਚਲਦੇ ਲੋਕਾਂ ਨੂੰ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ ਜਿਸ ਦੇ ਚਲਦੇ ਉਹਨਾਂ ਦੇ ਜੇਬ ਦੇ ਉੱਪਰ ਜਿਹੜਾ ਆਰਥਿਕ ਬੋਝ ਪੈਂਦਾ ਹੈ ਇਸ ਚੀਜ਼ ਦੀ ਡਿਮਾਂਡ ਵੀ ਜਿਹੜੀ ਹੈ ਉਮੀਦਵਾਰਾਂ ਤੋਂ ਕੀਤੀ ਜਾਏਗੀ ਫਾਜ਼ਿਲਕਾ ਦੇ ਪਿੰਡ ਬੈਕ ਕਰ ਤੋਂ ਤੁਹਾਨੂੰ ਲਾਈਵ ਸ਼ੋਅ ਦਿਖਾ ਰਿਹਾ ਕੈਮਰਾਮੈਨ ਹੁਮੇਸ਼ ਕੁਮਾਰ ਦੇ ਨਾਲ ਰੁਪ